एक वो कह करा नहीं राजनीतिक को गलत बताने वाले पवन गिल आज खुद राजनीतिक में कदम रख चुके हैं तो जानेंगे कल तक जो राजनीतिक को गलत बताते थे तो आज वो राजनीतिक में क्यों आए हैं सर नमस्कार नमस्कार भाई सबसे तो पहले तो जो रियल फॉर न्यूज हरियाणा के जितने भी दर्शक हैं सारे का तक ते धन्यवाद अरे तेरा भी करण भाई जो इतना मान सम्मान दिया भाई तो आप पत्रकारिता को छोड़कर राजनीतिक में आपने कदम रखा है आम आदमी पार्टी आपने कल ज्वाइन की है क्या साबित करना चाहते हैं देखो साबित तो बेरा के भाई पत्रकारिता मैंने छोड़ी नहीं है पहली बात बता दूं पत्रकारिता में जोकर गुंजागरदा नु अपनी कलम रा अपना कैमरा रा अपना दत्तु नु गुंजदारा होगा ठेठ हरियाणा का क्योंकि मैंने कोई जुगर लोग एक आज के है राजनीति में अपना देखा है चमचे बन जे हैं लोगन तो भगत किसी न किसी आदमी के किसी न किसी पार्टी के आप आज आम आदमी ਪਾਰਟੀ ਮੈਂ ਜੋਇਨ ਕਰੀ ਹੈ ਕੱਲ ਮੈਂ ਕੱਲ ਵੀ ਇੱਕ ਬਾਤ ਜੋ ਨੇਤਾ تھے ਉਨ੍ਹਾਂ ਕੋ ਦਰਪ੍ਰਸਤ ਕਰਦੀ ਧੀ ਕਿ ਮੈਂ ਚੁੰਦੜੀ ਕੋ ਨਹੀਂ ਉਡਦਾ ਕਿਸੇ ਕੀ ਮੈਂ ਪਾਰਟੀ ਮੈਂ ਪਾਰਟੀ ਕੀ ਵਿਚਾਰਧਾਰਾ ਨੂੰ ਦੇਖ ਕੇ ਅਜ ਰਾਜਨੀਤੀ ਮੈਂ ਜੋ ਦਲਦਲ ਭਾਈਵਤੀ ਜਾਵਾਦ ਪੀਸਾ ਦੀ ਰਾਜਨੀਤੀ ਪੀਸਾ ਗੋਜੀ ਭਰਨ ਖਾਤਰ ਲੋਕ ਰਾਜਨੀਤੀ ਮਾਵੇ ਉਸ ਤੇ اٹਕੇ ਰਾਜਨੀਤੀ ਦੇਖੀ ਮੈਂ ਆਮ ਆਦਮੀ ਪਾਰਟੀ ਕੀ ਕਿਤੇ ਨਾ ਕਿਤੇ ਵੱਡਿਆ ਕੰਮ ਲੱਗ ਰਹੇ ਦੇ ਕਾਰਨ ਤੋਂ ਉਸਨੇ ਦੇਖ ਕੇ ਪ੍ਰਭਾਵਿਤ ਹੋ ਕੇ ਮੈਂ ਆਇਆ ਹਾਂ ਅਰ ਜੇ ਮੈਂ ਨਾ ਚੱਲੋ ਜੇ ਤੜਕ ਨਹੀਂ ਹੈ ਵੀ ਕਿਵੇਂ ਗੜਬੜ ਕੇ ਰਹੇ ਨਹੀਂ ਜੁਕਰ ਆਪਣਾ ਜੋ ਸਾਂਝ ਵਾਲਾ ਟਾਈਮ ਹੋਏ ਨਹੀਂ ਲੋਕ ਨੂੰ ਕਹਾਂ ਅਗਰ ਬੋਲਿਆ ਤਾਂ ਮੈਂ ਦਿਲ ਤੇ ਕਰੂੰ ਔਰ ਸੱਚੀ ਬਾਤ ਕਹਿ ਰੂੰ ਆਪਣੇ ਬੇਰਾ ਲੇਕਿਨ ਉਹਨੂੰ ਕਹਾਂ ਰਨ ਉਹਲਾ ਪਊਆ ਮਾਰ ਗਿਆ ਪਊਆ ਮਾਰ ਗਿਆ ਮੈਂ ਸਾਂਝ ਨਾਲ ਲਾਈਵ ਆਂਦਾ ਬਾਹਰ ਗੋਂ ਲਾਉਂਗਾ ਜੇ ਕਿਵੇਂ ਗਲਤੀਆਂ ਕਰਾਂਗੇ ਆਪਣੇ ਸਿਰਫ ਰਾਜਨੀਤੀ ਦਾ ਸਤਰ ਸੁਧਾਰਨ ਸਾਤ ਰਾਜਨੀਤੀ ਮਾਇਆ ਇਹ ਚੀਜ਼ ਗੁਣੀ ਕੇ ਨਾਮ ਹੈ ਇਸ ਦਲ ਦਲ ਮੇ ਜਾ ਕੇ ਹੀ ਨਿਬਰਗੇ ਹੋ ਜੈਗਾ नहीं ये तो नहीं है कि किसान आंदोलन अभी खत्म हुआ है और किसान आंदोलन में आप किसानों के पक्ष में पोस्ट डालते थे कवरेज करते थे किसान आंदोलन से हटते ही पंजाब में एक किसानों ने पार्टी बना ली गुर सिंह चडूनी ने पार्टी बना ली आप है जो आम आदमी के साथ जुड़ गए ये तो नहीं है आपके आगे आने वाले समय में बीजेपी और कांग्रेस को हरा कर रहना में आम आदमी पार्टी आई है उसके लाल से आपने मिला हो देखो एक चीज बता दू भाई मैं जो आंदोलन की बात है ਉਹ ਮੇਰਾ ਖੁਦ ਕਾ ਪੇਟ ਕੀ ਲੜਾਈ ਥੀ ਕਿਸੇ ਬਏ ਆਸਾਨ ਨਹੀਂ ਹੈ ਕਿ ਮੈਂ ਆਂਦੋਲਨ ਮੈਂ ਗਿਆ ਮੇਰਾ ਖਾਤਰ ਗਿਆ ਮੇਰੇ ਅਗਾਂ ਵਾਲੀ ਮੇਰੀ ਜੋ نسل ਹੈ ਉਹਨਾਂ ਖਾਤਰ ਗਿਆ ਕਿਸੇ ਬਏ ਮਨੇ ਸ਼ਾਨ ਕੋ ਨਹੀਂ ਕਰਿਆ ਕਿ ਮਨੇ ਆਪ ਖਾਤਰ ਕਰਿਆ ਮੈਂ ਭਾਈ ਕਰਨ ਮੈਂ ਤੇਰੇ ਖਾਤਰ ਆਂਦੋਲਨ ਮੈਂ ਗਿਆ ਅੰਦੋਲਨ ਕੀ ਤਾਂ ਮੈਂ ਇੱਕ ਚੀਜ਼ ਕਹਿ ਰਿਹਾ ਕਿ ਅਗਰ ਕੋਈ ਭਾਈ ਪੁੱਛੇ ਵੀ ਹੈ ਜਾਂ ਅੰਦੋਲਨ ਮੈਂ ਮਕੜੀਆਂ ਵੀ ਪਾਰਟੀ ਦਾ ਰਿਲੇਟਿਡ ਕੋਈ ਕਾਰਿਆਕਰਮ ਮੈਂ ਉਸ ਮੈਂ ਜਾਊ ਕੋਈ ਨੂੰ ਕੋਈ ਕਿਸਾਨ ਅੰਦੋਲਨ ਮੈਂ ਨੂੰ ਕਰਿਆ ਨੂੰ ਕਰਿਆ ਨਾ ਦੇਖੋ ਉਹ ਪੇਟ ਕੀ ਲੜਾਈ ਦੀ ਉਹ ਕਿਸੇ ਵੀ ਸ਼ਾਨ ਨਹੀਂ ਦਾ ਔਰ ਜੇ ਉਸ ਦਾ ਨਾਮ ਲੈ ਕੇ ਮੈਂ ਰਾਜਨੀਤੀ ਕਰੂੰ ਮੇਰੇ ਵਰਗਾ ਨਕਲੀ ਆਦਮੀ ਵੀ ਬਣੇ ਭਾਈ ਇਹ ਆਪਨੇ ਕਹੇ ਕਿ ਰਾਜਨੀਤਿਕ ਦਲਦਲ ਹੈ ਫਿਰ ਆਪਨੇ ਇਸ ਦਲਦਲ ਮੇ ਕਦਮ ਕਿਉਂ ਰੱਖਿਆ ਕਈ ਦਿਨ ਤੱਕ ਸੋਚ ਰਿਹਾ ਥਾ ਮੈਂ ਕੋਈ ਦਲਦਲ ਹੈ ਉਹ ਦਲਦਲ ਮੇ ਜੇ ਅੱਛੇ ਆਦਮੀ ਬਣਾਂਗੇ ਸੁਧਾਰਨ ਦਾ ਇਸੇ 70 ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋਗਾ ਸੁਧਾਰਨ ਦਾ ਕੰਮ ਹੀ ਕਰਾਂਗੇ ਨੂੰ ਲਾਓ ਔਰ ਜੋ ਬਾਤ ਕਹੀ ਹੈ ਆਪਨੇ ਦਿੱਲੀ ਮੈਂ ਜੋ ਇਸਕਾ ਗੱਲ ਹੈ ਕੁਝ ਲੋਗ ਹੋ ਮਹਤੋ ਕੰਨ ਸੀ ਸਿਰਫ ਆਪ ਆਪ ਕੀ ਗੋਜੀਆਂ ਗਾਣੀ ਜ ਸਹੀ ਆਦਮੀ ਹੈ ਮੈਂ ਨਾ ਚੱਲ ਕਰਨ ਤੋਂ ਹੈ ਅੱਛਾ ਕੰਮ ਲੈ ਰਿਹਾ ਕਰਨ ਮੈਂ ਤੇਰੇ ਨਾਲ ਜੁੜ ਜੂ ਇੱਕ ਤੋਂ ਮੈਂ ਜੁੜੂ ਕਿ ਨਾ ਮੈਂ ਮੇਰਾ ਕੀ ਫਾਇਦਾ ਹੋਗਾ ਇੱਕ ਮੈਨੂੰ ਜੁੜੂ ਭਾਈ ਅੱਛਾ ਕੰਮ ਲੈ ਰਿਹਾ ਸਮਾਜਿਕਾ ਕਰਨ ਲੱਗ ਰਿਹਾ ਹੈ ਤੋ ਸਮਾਜ ਦਾ ਅੱਛਾ ਕੰਮ ਹੋਏ ਲੋਕ ਤੋ आपका गला रह जो सिर्फ समाज में बदलने और जो सिर्फ अपनी जो भी नेता है की बात करें या कहीं की बात करें, आप ये कह रहे थे ये तो भ्रष्ट हैं आप पे कैसे विश्वास करें आप सही हो देखो वो तो टाइम बताऊगा कि ये तो हर बार हर नेता यही बात कहते मैं साफ हूँ आगे आने वाला टाइम बताएगा देखो मैं राजनीति में ਇੱਕ ਉਹ ਕਹਿਆ ਕਰ ਨਹੀਂ ਪੀਸ ਹੈ ਕੀ ਲਾਲਚ ਆਇਆ ਕਦ ਕੇ ਜਾਂ ਪਦ ਕੀ ਉਸ ਚੀਜ਼ ਤੇ ਮਾ ਰਾਜਨੀਤੀ ਬਣੀ ਆ ਕੋ ਰਾਜਨੀਤੀ ਮੇ ਜੋ ਅੱਜ ਮੈਂ ਦੇਖਣ ਲੱਗ ਰਿਹਾ ਹੂੰ ਰੁੱਕੇ ਮਾਰੇ ਹੈ ਪਰਚੀ ਖਰਚੀ ਬਿਰਨ ਪਾਛਾ ਦੇ ਕੇ ਕੇ ਪਾਵੇ ਜੋ ਇਹ ਸਿਸਟਮ ਚੱਲ ਰਿਹਾ ਭਾਈ ਬਤੀ ਜਾਵਾਦ ਨੂੰ ਲਾਜ ਕੋਣ ਬਣੇਗਾ ਐਮ ਐਲ ਏ ਉਹ ਬਣੇਗਾ ਨੂੰ ਲਿਆ ਜਿਸ ਕਾ ਬਾਬੂ ਜਾਂ ਦਾਦਾ ਐਮ ਐਲ ਏ ਥਾ ਜਾਂ ਮੰਤਰੀ ਦਾ ਇਹ ਸੋਚ ਬਦਲਣੀ ਹੈ ਯੁਵਾ ਹੈ ਜੋ ਵਰਗ ਆ ਬਣਾ ਆچھے ਲੋਗ ਹੈ ਉਹ ਰਾਜਨੀਤੀ ਮੇ ਪੀਸ ਆ ਸਾਰੀ ਚੀਜ਼ ਹੋਊ ਉਹ ਨਹੀਂ ਹੈ ਅਰਧਿਕ ਪੀਸਾ ਵਾਲਾ ਰਾਜਨੀਤੀ ਮਾ ਹੋਗਾ ਨਾ ਇਹ ਚੀਜ਼ ਬਦਲਣ ਖਾਤਰ ਰਾਜਨੀਤੀ ਮੈਂ ਅਰਜੋ ਨੂੰ ਕਹਾਂ ਨਹੀਂ ਭਾਈ ਤਾਂ ਜੋ ਕਰ ਕਹਾਂ ਨੂੰ ਲਾ ਤਾਂ ਰੋਜ਼ ਕਿਆ ਕਰਦਾ ਦਲਦਲ ਹੈ ਦਲਦਲ ਹੈ ਯਾ ਅੱਜ ਵੀ ਲੇਕਿਨ ਇਸ ਦਲਦਲ ਨੇ ਬਦਲਣ ਖਾਤਰ ਮੈਂ ਇਸ ਦਲਦਲ ਮੈਂ ਕੁਝ ਜਾਂ ਆਪਨੇ ਇਹ ਰਾਜਨੀਤੀ ਕਿਸ ਨੇ ਜੁਆਇਨ ਕਰਾਈ ਹੈ ਕਿਸ ਕੋ ਪਾਣੀ ਮਾਰ ਕੇ ਆਪ ਆਮ ਆਦਮੀ ਪਾਰਟੀ ਮੇ ਆਏ ਹੋ ਨਾ ਦੋਤਰਾ ਭਾਈ ਗਿਆ ਦਤ ਭਾਈ ਕਿਸੇ ਕੇ ਪਾਣੀ ਮਾਰ ਜਾ ਰਹਾ ਆਪਣਾ ਇੱਕ ਚੀਜ਼ ਰਿਹਾ ਅਗਰ ਹੈ ਆਪੇ ਈਬ ਵੀ ਪਾਣੀ ਮਾਰਾਂਗੇ ਲੈ ਲੈ ਮਾਨੀਆਂ ਚੱਲੋ ਮਨੇ ਤੜਕ ਕਕੜੀਆਂ ਨਾ ਕੜੀਆਂ ਦਾ ਕਿਸੇ ਢਾਲੀ ਤੇ ਸਰਪੰਚੀ ਕੀਆ ਮੈਂਬਰ ਕੀ ਮਾਨੀਆਂ ਚੱਲੋ ਟਿਕਟ ਮਿਲ ਜਾਏ ਆਪਣਾ ਤਾਂ ਉਹੜਾ ਵੀ ਵੋਟ ਮੰਗਦੋੜੀ ਇੱਕ ਬਾਤ ਰਹੂਗੀ ਜੇ ਵੋਟ ਦੇਣਾ ਹੈ ਭਾਈ ਬਣਾਣਾ ਹੈ ਜੇ ਵੋਟ ਦੇ ਦਿਓ ਜੇ ਛਿਬਕੇ ਮਰਵਾਣੇ ਹੈ ਤਾਂ ਮੈਂ ਈਬ ਤੋਂ ਧਾਰਾ ਛਿਬਕੇ ਮਾਰੂਗਾ ਦੋ ਦਿਨ ਤੋਂ ਫਿਰ ਪਾਰੇ 5 ਸਾਲ ਮਰਵਾਉਂਗਾ ਛਿਬਕੇ ਤਾਂ ਇਹ ਜੁੜ ਹੀ ਚੀਜ਼ ਨਹੀਂ ਛਿਬਕੇ ਮਾਰਾਲੀ ਯਾ ਵੀ ਲੋਕਾਂ ਨੂੰ ਵੀ ਤਰਦਾ डिलीट करनी है भाई इसे खात राजनीति में आए तो क्या कहना चाहेंगे जनता से क्योंकि आ, आप तो आप एक आ, पार्टी के नुमाइंदे बन चुके हैं क्या कहेंगे भाई मैं यही कहूँगा राजनीति में आज जो चल रहा है आपने देखा जाति का नाम पर लोग वोट लेवें धर्म के नाम पर वोट ले विकास का नाम पर रोजगार के नाम पर शिक्षा का और जब बात करा चिकित्सा का इनके नाम पर कोई वोट नहीं लेंदा लोग आपस में बिड़ा हुए हैं भठा गोल कर रहे हैं देश का और कुछ नहीं मैं कहूँगा साफ छवि के अच्छे जो लीडर हैं चाहे पीसा ना भी हो पीछा तो राजनीति नहीं आए पीसा तर पर एक बार बगा हुआ अगला वो पीसा उस तो कई गुणा हजार वो तर पर उल्टे भी ले जाएगा खोज के तो सब तो बड़ी बात यह है पीसा ने अहमियत ना दे अगर वो अच्छे आदमी आने राजनीति में लाओ जो देश देश का भविष्य बदलेगा देश बदलेगा जय जवान